ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਡੀਡੀ ਪੰਜਾਬੀ ਦੇ ਇਸ ਮੰਚ 'ਤੇ ਤੁਹਾਡੇ ਨਾਲ ਜੁੜੇ ਹੋਏ ਹਾਂ। ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਹਾਜ਼ਰ ਨੇ। ਸੋ ਅੱਜ ਖਾਸ ਤੌਰ 'ਤੇ ਅਸੀਂ ਉਹਨਾਂ ਦੇ ਚੰਡੀਗੜ੍ਹ ਆਫਿਸ ਵਿੱਚ ਪਹੁੰਚੇ ਹੋਏ ਸੀ, ਕਿਉਂਕਿ ਯੂਕੇ ਨੂੰ ਲੈ ਕੇ ਬਹੁਤ ਵੱਡੇ ਅਪਡੇਟ ਸੀ। ਔਰ ਜਿਹੜੇ ਬੱਚੇ ਮਾਰਚ ਇਨਟੇਕ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਮਈ ਸੈਸ਼ਨ ਦੇ ਵਿੱਚ ਆਪਣੀਆਂ ਹੁਣ ਐਪਲੀਕੇਸ਼ਨ ਦਰਜ ਕਰਵਾਉਣਾ ਚਾਹੁੰਦੇ ਨੇ, ਬਹੁਤ ਘੱਟ ਸਮਾਂ ਬਚਿਆ ਸੀ ਉਹਦੇ ਲਈ। ਇਸ ਕਰਕੇ ਖਾਸ ਤੌਰ 'ਤੇ ਚੰਡੀਗੜ੍ਹ ਆਏ ਸੀ ਕਿ ਉਹਨਾਂ ਦੇ ਨਾਲ ਗੱਲਬਾਤ ਕਰੀਏ। ਕੁਝ ਐਕਸਕਲੂਸਿਵ ਚੀਜ਼ਾਂ ਉਹ ਕਹਿੰਦੇ ਮੇਰੇ ਕੋਲ ਹੈਗੀਆਂ ਹੈ, ਜਿਹੜੇ ਪੰਜਾਬ ਦੇ ਬੱਚੇ ਯੂਕੇ ਜਾਣਾ ਚਾਹੁੰਦੇ ਨੇ ਪਿਛਲੇ ਮਹੀਨੇ ਡੇਢ ਮਹੀਨੇ ਦੋ ਮਹੀਨੇ ਤੋਂ ਕੰਸਲਟੈਂਟ ਦੇ ਕੋਲ ਫਸੇ ਹੋਏ ਨੇ। ਫਸੇ ਇਨ ਦਾ ਸੈਂਸ ਕਿ ਆਫਰਸ ਨਹੀਂ ਆ ਰਹੀਆਂ, ਜੇ ਆਫਰਸ ਆ ਰਹੀਆਂ ਤਾਂ ਇੰਟਰਵਿਊਜ਼ ਕਲੀਅਰ ਨਹੀਂ ਹੋ ਰਹੀਆਂ, ਕੈਸ਼ ਤਾਂ ਬਹੁਤ ਦੂਰ ਦੀ ਗੱਲ ਆ। ਉਹਨਾਂ ਬੱਚਿਆਂ ਲਈ ਵੀ ਇੱਕ ਮੌਕਾ ਲੈ ਕੇ ਆਏ ਆ, ਆਪਸ਼ਨ ਲੈ ਕੇ ਆਏ ਆ ਯੂਕੇ ਜਾਣ ਦੇ ਲਈ। ਹੁਣ ਤੁਸੀਂ ਯੂਕੇ ਜਾ ਸਕਦੇ ਹੋ ਘੱਟ ਨੰਬਰਾਂ ਦੇ ਨਾਲ ਔਰ ਬਿਨਾਂ ਇੰਟਰਵਿਊ ਤੋਂ ਯੂਕੇ ਜਾ ਸਕਦੇ ਹੋ। ਸੋ ਇਹਦੀ ਡਿਟੇਲ ਵਿੱਚ ਗੱਲ ਕਰਾਂਗੇ ਪੁਨੀਤ ਖੰਨਾ ਹੁਣਾਂ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ, ਉਸ ਤੋਂ ਬਾਅਦ ਸਵਾਲ ਜਵਾਬ ਬਹੁਤ ਸਾਰੇ ਨੇ ਮੇਰੇ ਕੋਲ। ਤੁਹਾਡੇ ਕੋਲ ਕੋਈ ਸਵਾਲ ਪਿਆ ਹੈ ਤਾਂ ਹੁਣੇ ਸ਼ੋਅ ਦੇ ਦੌਰਾਨ ਕਾਲ ਕਰ ਸਕਦੇ ਹੋ ਤਾਂ ਕਿ ਉਹ ਸਵਾਲ ਪੁਨੀਤ ਖੰਨਾ ਉਹਨਾਂ ਨੂੰ ਪੁੱਛ ਸਕੀਏ। ਖੰਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਮੇਰੇ ਖਿਆਲ 'ਚ ਯੂਕੇ ਹੀ ਮਹਿਜ਼ ਐਸਾ ਮੁਲਕ ਆ ਜਿਹਨੇ ਲੋਕਡਾਊਨ ਤੋਂ ਬਾਅਦ ਪੰਜਾਬ ਦੇ ਬੱਚਿਆਂ ਨੂੰ ਬੁਲਾਉਣਾ ਸ਼ੁਰੂ ਕੀਤਾ, ਜਿੱਥੇ ਕੈਨੇਡਾ ਰੁਕ ਗਿਆ, ਆਸਟ੍ਰੇਲੀਆ ਨੇ ਫਲਾਈਟਾਂ ਸ਼ੁਰੂ ਨਹੀਂ ਕੀਤੀਆਂ, ਉੱਥੇ ਅੱਜ ਦੀ ਡੇਟ ਦੇ ਵਿੱਚ ਵੀ ਯੂਕੇ ਜਿਹੜਾ ਹੈ ਉਹ ਬੱਚਿਆਂ ਨੂੰ ਬੁਲਾ ਰਿਹਾ, ਬਹੁਤ ਸਾਰੇ ਬੱਚੇ ਟਰੈਵਲ ਕਰ ਰਹੇ ਨੇ। ਸੋ ਜਦੋਂ ਕੱਲ੍ਹ ਆਪਣੀ ਗੱਲ ਹੁੰਦੀ ਪਈ ਸੀ ਫੋਨ 'ਤੇ ਤਾਂ ਤੁਸੀਂ ਕਿਹਾ ਕਿ ਹੁਣ ਉਹ ਹਰ ਇੱਕ ਬੱਚਾ ਯੂਕੇ ਪੜ੍ਹਨ ਲਈ ਜਾ ਸਕਦਾ ਜਿਹੜਾ ਸਿਰਫ 12ਵੀਂ ਪਾਸ ਹੈ ਜੀ। ਪਰ 12ਵੀਂ ਪਾਸ ਦਾ ਬੱਚਾ ਪਹਿਲਾਂ ਵੀ ਜਾਂਦਾ ਸੀ, ਇਹ 'ਚ ਨਵਾਂ ਕੀ ਆ? ਨਵਾਂ ਦੇਖੋ, ਅੱਜ ਦੀ ਡੇਟ ਦੇ ਵਿੱਚ ਨਾ ਜਿਹੜੀ ਮੇਜਰ ਬੱਚੇ ਨੂੰ ਪ੍ਰੋਬਲਮ ਹੈ ਨਾ ਉਹ ਹੈਗੀ ਹੈ ਇੰਟਰਵਿਊ। ਜਿੰਨਾ ਮਰਜ਼ੀ ਪੰਜਾਬ ਦੇ ਵਿੱਚ ਬੱਚਾ ਹੁਸ਼ਿਆਰ ਹੋਵੇ, ਤੁਹਾਡੇ ਤੋਂ ਇੰਟਰਵਿਊ ਨਹੀਂ ਦਿੱਤੀ ਜਾਂਦੀ। ਇੰਟਰਵਿਊ ਟੈਸਟ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਸੁਣ ਕੇ ਡਰ ਲੱਗਣ ਲੱਗ ਜਾਂਦਾ। ਸੋ 45% ਨੰਬਰ ਨੇ, 50 ਨੇ, 60 ਨੇ, 70, 80, ਮਤਲਬ 80% ਵਾਲਾ ਬੱਚਾ ਵੀ ਮੈਂ ਦੇਖਿਆ ਕਿ ਇੰਟਰਵਿਊ ਦੇ ਵਿੱਚ ਜਵਾਬ ਨਹੀਂ ਦਿੱਤੇ ਗਏ ਜੀ, ਇੰਟਰਵਿਊ ਫੇਲ ਹੋ ਗਈ, ਜਾਂ ਇੱਕ ਨੋਰਮਲ ਟੈਸਟ ਯੂਨੀਵਰਸਿਟੀਆਂ ਨੇ ਲੈ ਲਿਆ ਜੀ ਆਪਣਾ, ਉਸ ਟੈਸਟ ਦੇ ਵਿੱਚ ਫੇਲ ਹੋ ਗਈ। ਸੋ ਸਭ ਤੋਂ ਪਹਿਲਾਂ ਪੜਾਅ ਜਿਹੜਾ ਹੈ, ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਹੈ, ਇਸ ਇੰਟਰਵਿਊ ਨੂੰ ਵੇਵ ਆਫ ਕਰਤਾ ਕਿ ਕੋਈ ਵੀ ਬੱਚੇ ਦੀ ਇੰਟਰਵਿਊ ਨਾ ਹੋਵੇ ਕਿਸੇ ਵੀ ਰੀਜ਼ਨ ਕਰਕੇ, ਕਿ ਉਹ ਫੇਲੀਅਰ ਜਿਹੜਾ ਬੱਚੇ ਨੂੰ ਨਾ ਦੇਣਾ ਪਵੇ। ਪੜ੍ਹਾਈ ਕਰਨਾ, ਪੜ੍ਹਾਈ ਕਰਕੇ ਨੰਬਰ ਲੈਣੇ, ਜੇ ਕਿਸੇ ਬੱਚੇ ਨੇ 50% ਨੰਬਰ ਲੈ ਕੇ ਪਾਸ ਹੋਇਆ ਤਾਂ ਉਹ ਪੜ੍ਹ ਕੇ ਹੀ ਹੋਇਆ ਨਾ, ਤੇ ਉੱਥੇ ਜਾ ਕੇ ਵੀ ਪੜ੍ਹ ਲੂਗਾ। ਸੋ ਅਲਟੀਮੇਟਲੀ ਔਰ ਉਹ ਕਿੰਨੀ ਕੁ ਪੜ੍ਹਾਈ ਕਰਨੀ ਹੁੰਦੀ ਹੈ, ਕਿੰਨੀ ਕੁ ਨਹੀਂ, ਇਹ ਸਾਨੂੰ ਸਾਰਿਆਂ ਨੂੰ ਪਤਾ। ਸੋ ਮੇਜਰ ਮੋਟੀਵੇਸ ਕਿ ਉੱਥੇ ਜਾਣਾ, ਜੇ ਇੰਟਰਵਿਊ ਫੇਲ ਹੋ ਗਈਆਂ ਤਾਂ ਉੱਥੇ ਕਿੱਥੋਂ ਜਾਇਆ ਜਾਣਾ। ਸੋ ਕੋਈ ਵੀ ਪਲੱਸ ਟੂ ਪਾਸ ਬੱਚਾ, ਜੇ ਤੁਸੀਂ ਆਪਣੀ 12ਵੀਂ ਦੇ ਵਿੱਚ 50% ਨੰਬਰ ਤੁਹਾਡੇ ਓਵਰਆਲ ਹੈਗੇ ਆ, ਇੰਗਲਿਸ਼ ਦੇ ਵਿੱਚ ਸਿਰਫ ਪਾਸ ਹੋ, ਤੁਸੀਂ 33, 45, 50, 60, 70 ਜਿੰਨੇ ਤੁਹਾਡੇ ਕੋਲ ਨੰਬਰ ਨੇ ਇੰਗਲਿਸ਼ ਦੇ ਵਿੱਚ ਉਹ ਐਕਸੈਪਟੇਬਲ ਨੇ, ਓਵਰਆਲ ਤੁਹਾਡੇ ਕੋਲ 50% ਨੰਬਰ ਹੈਗੇ ਆ, ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਮਿਲੂਗੀ ਕਿ ਜਿਹੜੀ ਆਹ ਵੇਵ ਆਫ ਜਿਹੜੀ ਤੁਹਾਡੀ ਹੋ ਜੂਗੀ ਕਿ ਇੰਟਰਵਿਊ ਨਹੀਂ ਦੇਣੀ ਪਊਗੀ ਤੁਹਾਨੂੰ ਯੂਨੀਵਰਸਿਟੀ ਨੂੰ, ਕਿ ਯੂਨੀਵਰਸਿਟੀ ਦੀ ਸਕਾਈਪ ਦੇ ਮੂਹਰੇ ਬਹਿ ਜਾਓ ਜੀ, ਵਟਸਐਪ 'ਤੇ ਵੀਡੀਓ ਕਾਲ ਕਰ ਲਓ, ਉਹ ਸਾਰਾ ਕੁਝ ਵੇਵ ਆਫ ਹੈ। ਬਿਨਾਂ ਉਸ ਇੰਟਰਵਿਊ ਦੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। 50% ਮਾਰਕਸ ਓਵਰਆਲ, ਪਲੱਸ ਟੂ ਤੁਸੀਂ ਕੀਤੀ ਹੈ 2017, 18, 19, 20 ਇਹਨਾਂ 'ਚੋਂ ਕਿਸੇ ਵੀ ਸਾਲ, ਓਵਰਆਲ 50% ਨੰਬਰ, CBSE ਬੋਰਡ, ਪੰਜਾਬ ਬੋਰਡ, ਹਰਿਆਣਾ ਬੋਰਡ, ਇਰਰਿਸਪੈਕਟਿਵ, ਓਵਰਆਲ 50% ਨੰਬਰ। ਇੰਗਲਿਸ਼ ਦੇ ਖਾਨੇ ਵੱਲ ਨਜ਼ਰ ਵੀ ਨਾ ਮਾਰੋ, ਆਪਣੇ ਡਾਕੂਮੈਂਟ ਚੱਕੋ, ਲੈ ਕੇ ਆ ਜਾਓ। ਪਰ ਨਾਲ ਦੇ ਨਾਲ ਇੱਕ ਚੀਜ਼ ਹੋਰ ਦੱਸ ਰਿਹਾ ਕਿ ਅਗਲੇ ਇਨਟੇਕ ਜਿਹੜਾ ਮਾਰਚ ਇਨਟੇਕ ਹੈ ਉਹਦੇ ਲਈ ਡੈਡਲਾਈਨਸ ਬਹੁਤ ਕੋਲ ਨੇ। 12 ਫਰਵਰੀ ਤੁਹਾਡੇ ਕੋਲ ਲਾਸਟ ਡੇਟ ਹੈਗੀ ਹੈ ਜੇ ਇਸ ਸਕੀਮ ਦਾ ਜਾਂ ਇਸ ਚੀਜ਼ ਦਾ ਤੁਸੀਂ ਫਾਇਦਾ ਉਠਾਉਣਾ ਚਾਹੁੰਦੇ ਹੋ ਔਰ ਇੰਟਰਵਿਊ ਵੇਵ ਆਫ ਕਰਾਉਣਾ ਚਾਹੁੰਦੇ ਹੋ। ਸੇਮ ਜੇ ਇਸੇ ਤਰੀਕੇ ਦੇ ਨਾਲ ਤੁਸੀਂ ਗ੍ਰੈਜੂਏਟ ਹੋ ਔਰ ਤੁਸੀਂ ਆਪਣੀ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ, ਅਤੇ ਮਾਸਟਰਸ ਵਾਲੇ ਬੱਚੇ ਲਈ ਵੀ ਜੇ ਤੁਹਾਡੇ ਓਵਰਆਲ 45% ਨੰਬਰ ਹੈਗੇ ਆ ਗ੍ਰੈਜੂਏਸ਼ਨ ਦੇ ਵਿੱਚ, ਅਗੇਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੰਗਲਿਸ਼ ਦੇ ਵਿੱਚ 12ਵੀਂ 'ਚ ਕਿਸੇ ਵੀ ਤਰ੍ਹਾਂ ਦੇ ਨੰਬਰ ਨੇ ਉਹ ਐਕਸੈਪਟੇਬਲ ਨੇ। ਉਹ 45% ਤੁਸੀਂ ਆਰਟਸ 'ਚ ਲਿੱਤੇ ਆ, ਬੀ ਕੌਮ ਕੀਤੀ ਹੈ, BSc ਕੀਤੀ ਹੈ, ਉਹਦਾ ਕਿਸੇ ਚੀਜ਼ ਦਾ ਕੋਈ ਫਰਕ ਨਹੀਂ। GNDU ਤੋਂ ਪੜ੍ਹੇ ਹੋ, ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਹੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹੇ ਹੋ, ਇਰਰਿਸਪੈਕਟਿਵ 45% ਨੰਬਰ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਹੈਗੇ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਸੋ 12ਵੀਂ ਓਵਰਆਲ 50%, ਗ੍ਰੈਜੂਏਸ਼ਨ ਓਵਰਆਲ 45%, ਕੋਈ ਇੰਗਲਿਸ਼ ਦੀ ਲੋੜ ਨਹੀਂ, ਕੋਈ ਆਇਲਸ ਦੀ ਲੋੜ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਜਿਹੜੀ ਹੈਗੀ ਹੈ 12 ਫਰਵਰੀ ਤੋਂ ਪਹਿਲਾਂ ਤੁਹਾਡੀ ਉੱਥੇ ਫੀਸ ਜਾਊਗੀ, ਔਰ 12 ਫਰਵਰੀ ਤੋਂ ਪਹਿਲਾਂ ਜੇ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜੂਗਾ ਫਿਰ ਤੁਹਾਨੂੰ ਕੈਸ਼ ਲੈਟਰ ਮਿਲਣੀ ਹੈ ਯੂਨੀਵਰਸਿਟੀ। ਸੋ ਟਾਈਮ ਥੋੜ੍ਹਾ, ਜੇ ਮੈਂ ਸਹੀ ਕਹਾਂ ਤਾਂ 2 ਤੋਂ 4 ਦਿਨ ਹੀ ਨੇ ਤੁਹਾਡੇ ਕੋਲ ਅਪਲਾਈ ਕਰਨ ਦੇ। ਔਫਰ ਲੈਟਰ 48 ਘੰਟਿਆਂ 'ਚ ਮਿਲ ਜੂਗੀ, ਕੈਸ਼ ਲੈਟਰ
समझ लो 48 घंटे कैश लैटर भी मिल जूगी कि यूनिवर्सिटी वालों प्रोसैस फास्ट है, साडे वालों प्रोसैसिंग फास्ट है, तुही ना देर करो अपने डॉक्यूमेंट चुक लो हुने विजिट कर लो साडे कोल क्योंकि दोबारा पता नहीं ये चांस मिलना या नहीं मिलना। अच्छा कहना साहब जो आप शो करते रहे तुम बड़े कॉन्फिडेंस नाल कहते रहे चीज़ा कि जो कोई ओम ग्लोबल दे कोल कोई केस अपलाई करना आता है किसी मुल्क का तो उन्हें एडवांस फीस नहीं देनी जी। सो जो हूँ यूके दे विच बच्चा कहता कि मेरी जी 8-10 लाख रुपए फीस है जिन्नी भी जानी है जो मैं फीस पहला नहीं देनी हूँ तुम कहता कि इंटरव्यू तो बिना बच्चा जो एडमिशन ले सकता है कैश ले सकता है कितना कितने बच्चे के मन च डर होगा कि जो मैं इंटरव्यू क्लीयर ना की कल एम्बेसी इंटरव्यू आ गई मेरा वीजा रिफ्यूज होगा मेरा 8-10 लाख रुपया फस जाना है जी। कि इस स्कीम दे विच बच्चा पैसे वीजा लगन तो बाद दे सकदा है? बिल्कुल देखो जिहड़ी चीज़ आपां पहलां कीती सी गल उही गल आपां अज फिर उहदे ते स्टैंड करदे आं कि पैसे तुसी उदों देने आ जदों तुहाडा वीजा लग जांदा। सो ਉਹ ਸਕੀਮ ਇੰਟਰਵਿਊ ਦੇਣ ਵਾਲੀ ਹੋਏ ਇੰਟਰਵਿਊ ਨਾ ਦੇਣ ਵਾਲੀ ਹੋਏ ਆਸਟ੍ਰੇਲੀਆ ਹੋਏ ਕੈਨੇਡਾ ਹੋਏ ਯੂਕੇ ਹੋਏ ਉਸ ਚੀਜ਼ ਦਾ ਕੋਈ ਵੀ ਮੈਟਰ ਨਹੀਂ ਹੈਗਾ। ਰਹੇ ਤੁਹਾਡੇ ਪੈਸੇ ਫਸਣ ਦੀ ਗੱਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕਿਸੇ ਬੱਚੇ ਦਾ ਜਾਂ ਕਿਸੇ ਏਜੰਟ ਦਾ ਕੋਈ ਰਿਫੰਡ ਫਸਦਾ। ਉਹ ਪੁਰਾਣਾ ਟਾਈਮ ਸੀਗਾ ਜਦੋਂ ਯੂਕੇ ਦੇ ਵਿੱਚ ਪ੍ਰਾਈਵੇਟ ਕਾਲਜਾਂ ਦੇ ਵਿੱਚ ਕੰਮ ਹੁੰਦਾ ਸੀਗਾ ਔਰ ਉੱਥੇ ਕੋਈ ਵੀ ਲਾਅ ਕੋਈ ਵੀ ਰੈਗੂਲੇਸ਼ਨ ਇੱਦਾਂ ਦਾ ਨਹੀਂ ਹੈਗਾ ਕਿ ਪ੍ਰਾਈਵੇਟ ਕਾਲਜਾਂ ਤੋਂ ਪੈਸੇ ਵਾਪਸ ਆ ਜਾਂਦੇ ਸੀ। ਸੋ ਉਦੋਂ ਪੈਸੇ ਫਸੇ ਜ਼ਰੂਰ ਲੋਕਾਂ ਦੇ। ਅੱਜ ਦੀ ਡੇਟ ਦੇ ਵਿੱਚ ਕਿਸੇ ਯੂਨੀਵਰਸਿਟੀ 'ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਔਰ ਰੀਫੰਡ ਪਾਲਿਸੀ ਬੜੀਆਂ ਕਲੀਅਰ ਕੱਟ ਹੈਗੀਆਂ। ਬਹੁਤ ਸਾਰੇ ਵੀਜ਼ਾਸ ਪਿਛਲੇ ਜੇ ਇਨਟੇਕਸ ਦੀ ਗੱਲ ਕਰ ਲਈਏ ਜਦੋਂ ਇੰਟਰਵਿਊ ਦੇ ਬੇਸ 'ਤੇ ਇੱਕਦਮ ਇਹਨਾਂ ਨੇ ਸ਼ੁਰੂ ਕਰਤਾ ਪੰਜਾਬ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਟੂਡੈਂਟਸ ਦੇ ਵੀਜ਼ੇ ਰਿਫਿਊਜ਼ ਹੋਏ ਉਦੋਂ ਇੰਟਰਵਿਊ ਕਰਕੇ ਔਰ ਜਦੋਂ ਕਿਉਂਕਿ ਅਨਐਕਸਪੈਕਟਡ ਸੀ ਇੰਟਰਵਿਊ ਸੀਗੀਆਂ ਇੱਕਦਮ ਸ਼ੁਰੂ ਹੋ ਗਈਆਂ ਪਰ ਜਦੋਂ ਹੁਣ ਸਾਰਿਆਂ ਦੇ ਰਿਫਿਊਜ਼ ਹੋਏ ਆਈ ਥਿੰਕ ਵਿਦ ਇਨ 30-45 ਡੇਜ਼ ਉਹਨਾਂ ਸਾਰਿਆਂ ਦੇ ਰੀਫੰਡ ਆ ਗਏ। ਬਟ ਐਟ ਦਾ ਸੇਮ ਟਾਈਮ ਆਪਾਂ ਕਿਸੇ ਤਰੀਕੇ ਦੀ ਤੁਹਾਡੇ ਤੋਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੋਈ ਐਮਬੈਸੀ ਫੀਸ ਨਹੀਂ ਸਾਰੇ ਪੈਸੇ ਗੱਲ ਹੋਈ ਹੈ ਕਿ ਪੈਸੇ ਤੁਸੀਂ ਉਦੋਂ ਦਿਓਗੇ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ ਜੀ। ਸੋ ਦਰਸ਼ਕਾਂ ਦੱਸ ਦਈਏ ਕਿ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਯੂਕੇ ਜਾਣ ਸੰਬੰਧੀ ਜਾਣਕਾਰੀ ਚਾਹੁੰਦੇ ਹੋ ਅੱਜ ਸ਼ੋਅ ਦੇ ਵਿੱਚ ਖਾਸ ਕੀ ਹੈ ਖਾਸ ਇਹ ਹੈ ਕਿ ਜੇਕਰ ਤੁਸੀਂ 12ਵੀਂ ਪਾਸ ਹੋ 2017-18-19 ਦੇ ਵਿੱਚ ਤੁਸੀਂ 12ਵੀਂ ਪਾਸ ਕੀਤੀ ਹੈ 50% ਤੁਹਾਡੇ 12ਵੀਂ 'ਚੋਂ ਨੰਬਰ ਆ ਅੰਗਰੇਜ਼ੀ 'ਚ ਚਾਹੇ ਜਿੰਨੇ ਮਰਜ਼ੀ ਨੰਬਰ ਆ ਚਾਹੇ 33 ਨੰਬਰ ਆ 35 ਨੰਬਰ ਆ 40 ਨੰਬਰ ਆ ਤੁਸੀਂ ਯੂਕੇ ਪੜ੍ਹਾਈ ਕਰਨ ਲਈ ਜਾ ਸਕਦੇ ਹੋ ਔਰ ਆਪਣੀ ਜਿਹੜੀ ਯੂਨੀਵਰਸਿਟੀ ਦੀ ਫੀਸ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਤੁਹਾਨੂੰ ਕੋਈ 8-10 ਲੱਖ ਰੁਪਏ ਫੀਸ ਐਡਵਾਂਸ ਦੇਣ ਦੀ ਲੋੜ ਨਹੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। 12 ਜਿਹੜੀ ਫਰਵਰੀ ਆ 12 ਫਰਵਰੀ ਤੋਂ ਪਹਿਲਾਂ ਆ ਕੇ ਜੇਕਰ ਤੁਸੀਂ ਐਡਮਿਸ਼ਨ ਲੈਂਦੇ ਹੋ ਤਾਂ ਤੁਸੀਂ ਯੂਕੇ ਮਾਰਚ 2021 ਵਿੱਚ ਜਾ ਕੇ ਪੜ੍ਹਨ ਦੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਸਿਰਫ ਦਿਨ ਇਹ 5-7 ਦਿਨ ਰਹਿ ਗਏ ਆ ਜੇ ਹੁਣ ਵੀ ਤੁਸੀਂ ਸਤਰਕ ਨਾ ਹੋਏ ਤਾਂ ਸ਼ਾਇਦ ਇਹ ਸਮਾਂ ਤੁਹਾਡੇ ਤੋਂ ਖੁੰਝ ਜਾਊਗਾ। ਜਿਹੜੇ ਕੰਸਲਟੈਂਟ ਦੇ ਕੋਲ ਤੁਸੀਂ ਆਲਰੇਡੀ ਕੇਸ ਅਪਲਾਈ ਕੀਤਾ ਹੈ 10 ਦਿਨ 15 ਦਿਨ ਮਹੀਨਾ 2 ਮਹੀਨੇ ਹੋ ਗਏ ਆ ਆਫਰ ਲੈਟਰਸ ਨਹੀਂ ਆ ਰਹੀਆਂ ਕੇਸ ਤੁਸੀਂ ਇੱਕ ਵਾਰ ਓਮ ਗਲੋਬਲ ਨਾਲ ਡਿਸਕਸ ਕਰ ਸਕਦੇ ਹੋ ਔਰ ਤੁਹਾਨੂੰ 2 ਦਿਨ ਦੇ ਵਿੱਚ ਤੁਹਾਡੀ ਆਫਰ ਲੈਟਰ ਮਿਲੂਗੀ। ਜਿੱਦਣ ਆਫਰ ਲੈਟਰ ਆ ਜਾਂਦੀ ਹੈ ਉਸ ਤੋਂ ਬਾਅਦ ਫੀਸ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ ਜਿਹੜੀ ਯੂਨੀਵਰਸਿਟੀ ਦੀ ਫੀਸ ਆ ਫੀਸ ਓਮ ਗਲੋਬਲ ਵੱਲੋਂ ਦਿੱਤੀ ਜਾਊਗੀ ਔਰ ਤੁਹਾਡਾ ਮੈਡੀਕਲ ਕਰਵਾਉਣ ਤੋਂ ਬਾਅਦ ਤੁਹਾਡੇ ਜਦੋਂ ਫੰਡ 28 ਦਿਨ ਪੁਰਾਣੇ ਹੋ ਜਾਂਦੇ ਆ ਤੁਹਾਡੀ ਕੈਸ਼ ਜਿਹੜੀ ਆ ਉਹ ਵੀ 48-72 ਘੰਟੇ ਦੇ ਵਿੱਚ ਕੈਸ਼ ਆ ਜਾਏਗੀ ਔਰ ਮਾਰਚ ਇਨਟੇਕ ਲਈ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। 12ਵੀਂ ਪਾਸ ਬੱਚੇ 50% ਓਵਰਆਲ ਨੰਬਰਾਂ ਦੇ ਨਾਲ ਅੰਗਰੇਜ਼ੀ ਡਜ਼ਨਟ ਮੈਟਰ ਜਿੰਨੇ ਮਰਜ਼ੀ ਨੰਬਰ ਆ ਆਇਲਸ ਦੀ ਲੋੜ ਨਹੀਂ ਪੀਟੀ ਦੀ ਲੋੜ ਨਹੀਂ। ਗ੍ਰੈਜੂਏਟ ਹੋ ਤੁਸੀਂ BA ਕੀਤੀ ਹੈ BSc ਕੀਤੀ ਹੈ BCOM ਕੀਤੀ ਹੈ BTech ਕੀਤੀ ਹੈ 45% ਨੰਬਰਾਂ ਦੇ ਨਾਲ ਪਾਸ ਹੋ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਜਾਂ ਇੰਟਰਵਿਊ ਦਿੱਤੇ ਬਿਨਾਂ ਕੈਸ਼ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ ਓਮ ਗਲੋਬਲ ਦੀ ਮਾਹਰ ਟੀਮ ਨੂੰ 9216-9167 ਨੰਬਰ 'ਤੇ 9216-9267 9216-9167 ਜਲੰਧਰ ਆਫਿਸ ਮਿਲ ਸਕਦੇ ਹੋ ਚੰਡੀਗੜ੍ਹ ਆਫਿਸ ਮਿਲ ਸਕਦੇ ਹੋ ਅੰਮ੍ਰਿਤਸਰ ਆਫਿਸ ਦੇ ਵਿੱਚ ਮਿਲ ਸਕਦੇ ਹੋ ਅਤੇ ਬਠਿੰਡਾ ਆਫਿਸ ਦੇ ਵਿੱਚ ਵੀ ਇਹਨਾਂ ਦੀ ਐਕਸਪਰਟ ਮਾਹਰ ਟੀਮ ਨੂੰ ਮਿਲ ਸਕਦੇ ਹੋ ਤਾਂ ਕਿ ਤੁਸੀਂ ਯੂਕੇ ਜਾਣ ਦੇ ਸੁਪਨੇ ਪੂਰੇ ਕਰ ਸਕੋ। 12 ਫਰਵਰੀ ਲਾਸਟ ਤਰੀਕ ਆ ਬਿਨਾਂ ਆਇਲਸ ਬਿਨਾਂ PT 50% ਨੰਬਰ ਅੰਗਰੇਜ਼ੀ 'ਚੋਂ 35 ਨੰਬਰਾਂ ਦੇ ਨਾਲ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ 45% ਨੰਬਰ ਗ੍ਰੈਜੂਏਟ ਤੁਸੀਂ ਹੋ 45% ਨੰਬਰਾਂ ਦਾ ਆਪਣੇ ਸਪਾਊਸ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਜ਼ਰੂਰ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀ ਦੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਸੋ ਕਹਿੰਦਾ ਜਿਵੇਂ 12ਵੀਂ ਦੀ ਆਪਾਂ ਗੱਲ ਕਰ ਰਹੇ ਹਾਂ 50% ਨੰਬਰਾਂ ਦਾ ਹੁਣ ਇਹਦੇ ਵਿੱਚ ਆਰਟਸ ਮੈਡੀਕਲ ਨਾਨ ਮੈਡੀਕਲ ਕਮਰਸ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ ਕੋਈ ਵੀ ਕਰ ਸਕਦਾ ਪਾਰਟਿਕੂਲਰ ਇੱਕ ਕੋਰਸ ਆ ਵੀ ਉਸੇ ਕੋਰਸ 'ਚ ਜਾਊਗਾ ਨਹੀਂ ਦੇਖੋ ਇੱਕੋ ਹੀ ਕੰਟਰੀ ਹੈ ਜਿੱਥੇ ਆਰਟਸ ਦੀ ਪ੍ਰੋਬਲਮ ਹੈ ਉਹ ਹੈਗੀ ਆਸਟ੍ਰੇਲੀਆ ਕਿਉਂਕਿ ਉਹਨਾਂ ਨੂੰ ਸਾਰੇ ਜਿਹੜੇ ਸਬਜੈਕਟਸ ਤੁਹਾਡੇ ਚਾਹੀਦੇ ਅਕੈਡਮਿਕ ਸਬਜੈਕਟਸ ਚਾਹੀਦੇ ਬਟ ਨੰਬਰ ਆਫ ਕੋਰਸਿਸ ਜਿਹੜੇ ਯੂਕੇ ਦੀਆਂ ਯੂਨੀਵਰਸਿਟੀਜ਼ ਦੇ ਕੋਲ ਹੈਗੀਆਂ ਆ ਉਹਨਾਂ ਦੀ ਵੇਰੀਏਸ਼ਨ ਇੰਨੀ ਜ਼ਿਆਦਾ ਉਹ ਕੋਰਸਿਸ ਇੰਨੇ ਕੁ ਜ਼ਿਆਦਾ ਹੈਗੇ ਆ ਹਰ ਤਰ੍ਹਾਂ ਦੇ ਸਬਜੈਕਟ ਲਈ ਤੁਹਾਨੂੰ ਕੋਲ ਪ੍ਰੋਗਰਾਮ ਹੈਗਾ ਬੈਚਲਰ ਆਫ ਆਰਟਸ ਕਰਨਾ ਚਾਹੁੰਦੇ ਹੋ ਬੈਚਲਰ ਆਫ ਕਾਮਰਸ ਕਰਨਾ ਚਾਹੁੰਦੇ ਹੋ ਅਕਾਊਂਟਿੰਗ ਮਾਰਕੀਟਿੰਗ ਕੀ ਸਾਇੰਸ ਕੀ ਟੈਕਨੋਲੋਜੀ ਕੀ ਆਈਟੀ ਕੀ ਕੰਪਿਊਟਿੰਗ ਮਤਲਬ ਇੰਨੇ ਕੁ ਪ੍ਰੋਗਰਾਮਸ ਦੀ ਤੁਹਾਡੇ ਕੋਲ ਚੋਇਸ ਹੈਗੀ ਆ ਕਿ ਅੱਜ ਤੱਕ ਜੇ ਤੁਸੀਂ ਦੇਖਿਆ ਹੋਊਗਾ ਕਿ ਯੂਕੇ ਕਿੱਦਾਂ ਦੀ ਕੰਟਰੀ ਹੈ ਜਿਹਦੇ ਵਿੱਚ ਬਹੁਤ ਘੱਟ ਤੁਹਾਨੂੰ ਦਿਸਿਆ ਹੋਊਗਾ ਕਿਸੇ ਬੱਚੇ ਦਾ ਸਟੂਡੈਂਟ ਵੀਜ਼ਾ
कोर्स कोरिलेशन करके रिफ्यूज होया हो, वह क्यों नहीं होंगे कोर्स को कोरिलेशन करके रिफ्यूज, क्योंकि तुहाडे कोल चॉइस इन्नी ज्यादा है, इन्नी समझ तुहाडे उस एजेंट नूं हुंदी है जिहड़ा भी तुहाडा वीजा अपलाई करदा कि यार इहने बच्चे ने प्लस टू कॉमर्स कीती है, इहनूं मैं किहड़ा सबजैक्ट देना अगों दी किहड़ा की पढ़न जाए। डिप्लोमिया च वीजे लगते नहीं है ना, इकली इंग्लिश पढ़न जाण नूं करदे हो वीजे लगते नहीं, सो अल्टीमेटली जाना डिग्री करनी है, बैचलर्स करन जाओगे, मास्टर्स करन जाओगे, प्री मास्टर्स जाओगे, सो अल्टीमेटली डिग्री दे विच ही वीजा लगना, और उहदे विच चॉइस इन्नी ज्यादा है कि तुसीं प्लस टू किसी भी स्ट्रीम च कीती है, तुसीं ग्रेजुएशन किसी भी स्ट्रीम दे विच कीती है, जो तुहाडे कोल उहदे विच सबजैक्ट सी उहदे बेस दे उत्ते तुहानूं इक कोर्स मिल जांदा, एक डिग्री प्रोग्राम मिल जांदा जो पढ़न लई तुसीं वीजा अपलाई करदे जी। सो खरा इहदे विच चलो ठीक है, आपां मान लैंदे कि तुसीं कहिंदे बिना इंटरव्यू तो तुसीं कैश लै दोगे, या बच्चे नूं बिना इस तों बिना पीटी तो तुसीं कैश लै दोगे, पर मुद्दा इही है जिवें तुसीं कहा कि पहलां हज़ारां बच्चे दे इंटरव्यूज होईआं, इंटरव्यू रिफ्यूज़ हो गईआं, बच्चे रिफ्यूज़ हो गए, हाई कमीशन वाले रिफ्यूज़ कर दिते गए। मन लो एक बच्चा तुहाडे कोल आ के अपलाई करता, तुसीं बिना इंटरव्यू तो उन्हूं कैश लैटर लै दिंदे, उहदी फाइल पुट अप अंबैसी हो जाती है, जे अंबैसी वालों इंटरव्यू आ जाती की बच्चा इन्हां कैपेबल होगा कि आंसर दे पावे? देखो ये ना बहुत वधिया जायज और बड़ा जेन्युइन सवाल है, और ये दो तीन चीज़ों का फायदा जो स्टूडेंट को होंगे, वो की फायदा होंगे, सब तो पहले तो दो वारी टेस्ट दो वारी इंटरव्यू तो बच्चे का बचाव हो जाता कि जे एक वारी इंटरव्यू नहीं भी यार दी गई तो दूजी वारी मैं दे सकता, यह मतलब कितने ना कि उस बच्चे ये बेनीफिट हो जाता कि यार मैं एको वारी इंटरव्यू देनी है। सैकेंडली जो सारी एप्लीकेशन निकल गई, बच्चे अपना कोर्स पता है, यूनिवर्सिटी पता है, ये भी पता है कि मैं की पढ़न चला वा कि जगह पर चला, और एडमिशन अपलाई करन तो लैके वीजे तक का जिहड़ा प्रोसैस हैगा ना, वो कुछ ना करते करते भी महीने तो दो महीने का टाइम प्रोसैस लग जाता, और उस एक महीने तो दो महीने के उस बच्चे रेगूलरली साडी टीम वालों इंटरव्यू प्रैपरेशन कराई जाती है, चाहे बच्चे ऑफिस बुला के या टैलीफोनिकली या स्काइप से जूम लिंक बच्चे भेज दिता जाता रेगूलरली, एक ग्रुप बना के कि दस दस बच्चे एक इंटरव्यू प्रैपरेशन करते हैं। सो जो तुम भी 25 दिन लिए तैयारी करते हो कि भाई मेरी यूनिवर्सिटी का नाम की है, मेरे कोर्स का नाम की है, इस कोर्स दे विच केड़े केड़े मॉड्यूल्स मैं पढ़ने हैं, कोर्स करन तो बाद मैं की करना है, मैं सिर्फ यूके जाके क्यों चुनिया, इंडिया दे विच पढ़ाई क्यों नहीं कर रहा है, जो ये सारी चीज़ें की तैयारी तुम एक महीना नॉन स्टॉप करते हो ना तो तुहाडी जिहड़ी प्रोबेबिलिटी है वो वीजा लैण की बहुत ज़्यादा बढ़ जाती है, ये तो होगी नंबर एक। दूसरा ये थोड़ा जिहा तुम कह लो कि अं मुकद्रा नाल भी स्टूडेंट के चांस बहुत बढ़ जाते हैं कि यूनिवर्सिटी की इंटरव्यू तो थ्रू हो गई, वो तो कैंसल हो गई, यूनिवर्सिटी की इंटरव्यू देनी नहीं, हूँ आ गया अंबैसी से, कितनी प्रोबेबिलिटी है कि अंबैसी 100 चो 100 बच्चों को फोन नहीं, बहुत घट इंटरव्यू, बहुत घट इंटरव्यू आ रही, जो 20% इंटरव्यू आती भी है तो दैट मीनस कि 80% 80% थ्रू हो गया, सो जो 20% रह भी गए कि एक महीना तैयारी करने बाद इंटरव्यू नहीं निकलूगी, क्योंकि कल उ जाके भी इंग्लिश पढ़ना, उत्थे जाके कोई काम भी करना, किसी स्टोर से भी लगना, तो भी उस इंग्लिश की लड़ है, सो भी 21 दिन की जी तैयारी होंगी है स्टूडेंट की या एक महीने की जी तैयारी होंगी है वो प्रोबेबिलिटी जी आप 80% से खड़े हैं वो बड़ी ईजीली 95% तक लै जाती है। देखो 100% वीजा तो किसी का भी नहीं लगता, ना मैं कहना मेरा लगता, अंबैसी का अपना ही रिजल्ट 100% नहीं है तो किसी एजेंट का किदा हो जाएगा। सो अल्टीमेटली कॉलेज की या यूनिवर्सिटी की इंटरव्यू हटा के असी जी प्रोबेबिलिटी 50-50 खड़ी सी चक के 95% से लै जाने कि एक पास इंटरव्यू वेव ऑफ होगी, दूजे पास कुदरती मुकदरी इंटरव्यू नहीं आई तो सीधा वीजा ही है जी। पर खरा साहब बच्चे को ऑप्शन ही की है, एक बच्चा है 2017 पास बच्चा है, आस्ट्रेलिया तो रिफ्यूज हो गया है, कनेडा तो रिफ्यूज हो गया है, जी इंटरव्यू यूएस की है वो क्लीयर नहीं कर पाता, अमरीका जा नहीं सकता, तो अल्टीमेटली बच्चे तो बचता की है, बच्चे को बचता यूके। हूँ यूके दे विच बच्चे दे कोल मान लो 60% नंबर है या 55% बच्चे दे नंबर रह गए या 70% भी नंबर रह गए, अंग्रेजी दे विचों बच्चे दे नंबर थोड़े है, आयल्स बच्चे को 6 बैंड की हो नहीं पा रही, तो बच्चे को बचता भी की है, उन्होंने अल्टीमेटली इतने ट्राई करना ही पैना है, और सब तो खूबसूरत गल की है कि जेकर वीजा रिफ्यूज हों तो बच्चे का नुकसान कोई नहीं हों, नुकसान कोई नहीं हों। देखो गल तुसी बिल्कुल सही कही कि सब तो पहली प्रैफरेंस की है, जे अज की डेट पंजाब के स्टूडेंट की गल कर लीए कि तुम सब तो पहला की सोचते हो कि यार जो बाहर जाने की गल ही आप करते हैं ना, तो बाहर जाना मतलब सब तो पहली प्रैफरेंस की कैनेडा है ना, फिर कोई होर जे किसी के कोई रिश्तेदार दोस्त मित्र सज्जन आस्ट्रेलिया चल गए होंगे तो आस्ट्रेलिया, ठीक है। इन्हां दोनों तो अलावा पिछले जे 5 सालों गल कर लीए तो पंजाब तो स्टूडेंट वीजा 90% बच्चा इन्हां दोनों कंट्रीज दे विच गया, शायद पहला न्यूजीलैंड सेगा बट न्यूजीलैंड ने पिछले 2-3 सालों तो वीजा नहीं दिता, सो जदों इत्थे बच्चा जा रहा और अज की डेट च हालात की है कि आस्ट्रेलिया दे बॉर्डर अज बंद होए नूं तकरीबन 11 महीने हो गए, और जो हालात लगते ने हो सकता अगले 6 महीने वह बॉर्डर होर ना खुलन या इस साल पूरे ना खुलन, इहदी कोई कलैरिटी किसी पास्यों है ही नहीं,
ਕੈਨੇਡਾ ਦੀ ਜੇ ਗੱਲ ਕਰ ਲਈ ਉਹਨਾਂ ਨੇ ਆਪਣੇ ਰੀਸੈਂਟ ਟਰੈਵਲ ਰਿਸਟ੍ਰਿਕਸ਼ਨਸ ਔਰ ਟਰੈਵਲ ਰੂਲਸ ਕੱਢੇ ਜਿਹਦੇ ਵਿੱਚ ਹਰ ਬੱਚੇ ਦਾ ਹਰ ਬੰਦੇ ਦਾ ਉੱਥੇ ਪਹੁੰਚਣ 'ਤੇ ਟੈਸਟ ਹੋਣਾ ਹੀ ਹੋਣਾ ਉਹਨਾਂ ਦੇ ਆਪਣੇ ਹੋਟਲਸ ਨੇ ਉਹਦੇ ਵਿੱਚ ਜਾ ਕੇ ਤੁਸੀਂ ਰੁਕਣਾ ਸੋ ਉਹ ਰਿਸਟ੍ਰਿਕਸ਼ਨਸ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਠੀਕ ਹੈ ਫਿਰ ਚੰਗੀ ਕੰਟਰੀਜ਼ ਬਚਦੀਆਂ ਕਿਹੜੀਆਂ ਯੂਰਪ ਯੂਰਪ ਦੀ ਜੇ ਗੱਲ ਕਰ ਲਈਏ ਜਾਂ USA ਦੀ ਗੱਲ ਕਰ ਲਈਏ ਜਾਂ UK ਦੀ ਗੱਲ ਕਰ ਲਈਏ ਇਹਨਾਂ ਸਾਰੀਆਂ ਕੰਟਰੀਆਂ 'ਚ ਸਟੂਡੈਂਟ ਵੀਜ਼ਾ ਔਰ ਖੁੱਲ੍ਹਿਆ ਕਿੱਥੇ ਹੈ ਦੈਟ ਇਜ਼ ਓਨਲੀ ਇੰਗਲੈਂਡ ਜਦੋਂ ਤੋਂ ਇੰਗਲੈਂਡ ਨੇ 2019 ਦੇ ਵਿੱਚ ਲਾਸਟ 'ਚ ਜਾ ਕੇ ਡਿਕਲੇਅਰ ਕੀਤਾ ਕਿ ਪੋਸਟ ਸਟੱਡੀ ਵਰਕ ਵੀਜ਼ਾ ਵੀ ਦੇਣਾ ਸ਼ੁਰੂ ਕਰਾਂਗੇ ਅੱਗੇ ਜਾ ਕੇ ਪੁਆਇੰਟ ਬੇਸ ਸਿਸਟਮ 'ਤੇ PR ਵੀ ਮਿਲ ਜੂਗੀ ਸੋ ਇੱਕ ਬਹੁਤ ਵਧੀਆ ਪੰਜਾਬ ਦੇ ਸਟੂਡੈਂਟਸ ਨੂੰ ਜਾਂ ਬਾਹਰ ਜਾ ਕੇ ਪੜ੍ਹਾਈ ਕਰਨ ਦੇ ਇੱਛੁਕ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਵਧੀਆ ਇੱਕ ਆਪਸ਼ਨ ਮਿਲ ਗਈ ਕਿਉਂਕਿ ਇੱਕ ਹੁੰਦਾ ਕੀ ਪਿਆ ਸੀਗਾ ਜਿਹੜੇ ਫਸਟ ਟਾਇਰ ਦੇ ਵਿੱਚ ਰਿਫਿਊਜ਼ ਹੋ ਜਾਂਦੇ ਸੀ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਜਾਂ ਆਇਲਸ ਦਾ ਸਕੋਰ ਨਹੀਂ ਸੀ ਲੈ ਪਾਉਂਦੇ ਕਿ ਯਾਰ 6 ਸੀ SDS 'ਚ ਅਪਲਾਈ ਹੋਣਾ ਜਾਂ 2 ਦਾ ਪੜ੍ਹਾਈ 'ਚ ਗੈਪ ਹੈ ਆਸਟ੍ਰੇਲੀਆ ਉਸ ਗੈਪ ਨੂੰ ਹੀ ਨਹੀਂ ਪੂਰਾ ਕਰਨ ਦਿੰਦਾ GTE ਦੇ ਬੇਸਿਸ 'ਤੇ ਹੀ ਨਹੀਂ ਦਾਖਲਾ ਪੂਰਾ ਹੁੰਦਾ ਉਹ ਬੱਚੇ ਨੂੰ ਧੱਕਾ ਕਿੱਥੇ ਮਾਰਿਆ ਜਾਂਦਾ ਸੀ ਉਹਨੂੰ ਸਿੰਗਾਪੁਰ ਭੇਜ ਦਿੰਦੇ ਸੀ ਉਹਨੂੰ ਸਾਈਪ੍ਰਸ ਭੇਜ ਦਿੰਦੇ ਸੀ ਇੱਦਾਂ ਇੱਦਾਂ ਦੀਆਂ ਕੰਟਰੀਆਂ ਪੰਜਾਬ ਦੇ ਸਟੂਡੈਂਟ ਜਾਂਦੇ ਜਿੱਥੇ ਜਾ ਕੇ ਕੋਈ ਭਵਿੱਖ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਐਟਲੀਸਟ ਇੱਕ ਫਸਟ ਟਾਇਰ ਨੇਸ਼ਨ ਮਤਲਬ ਵਰਲਡ ਦੀ ਉਹ ਕੰਟਰੀ ਜਿਹੜੀ ਟੌਪ ਇਕਨੋਮੀਜ਼ 'ਚ ਆਉਂਦੀ ਹੈ ਟੌਪ ਰੈਂਕ ਕੰਟਰੀ ਜਿਹਨਾਂ ਨੇ ਰਾਜ ਕੀਤਾ ਦੁਨੀਆ 'ਚ ਸੋ ਇੰਗਲੈਂਡ ਜਾ ਕੇ ਜਾਂ ਲੰਡਨ ਜਾ ਕੇ ਪੜ੍ਹਨਾ ਇੱਕ ਡ੍ਰੀਮ ਹੁੰਦਾ ਸੀ ਲੋਕਾਂ ਦਾ ਕਿ ਚੰਗੀਆਂ ਚੰਗੀਆਂ ਫੈਮਿਲੀਜ਼ ਤੋਂ ਚੰਗੇ ਚੰਗੇ ਜਿਹੜੇ ਪੋਲੀਟੀਕਲ ਫੈਮਿਲੀਜ਼ ਕਹਿ ਲਈਏ ਆਪਾਂ ਜਾਂ ਬੋਲੀਵੁੱਡ ਕਹਿ ਲਈਏ ਕਿ ਉਹਨਾਂ ਦੇ ਨਿਆਣੇ ਜਾ ਕੇ ਇੰਗਲੈਂਡ ਪੜ੍ਹਦੇ ਆ ਇਸ ਤਰੀਕੇ ਦੇ ਲੈਵਲ ਦੀ ਐਜੂਕੇਸ਼ਨ ਵੀ ਔਰ ਇਸ ਤਰੀਕੇ ਦੀ ਉੱਥੇ ਰਹਿਣਾ ਅਤੇ ਕਮਾਈ ਜੇ ਪਾਊਂਡ ਦੇ ਰੇਟ ਦੀ ਗੱਲ ਕਰ ਲਈ ਅੱਜ ਕੱਲ੍ਹ ਅੱਜ ਦੀ ਡੇਟ 100 ਰੁਪਏ ਇਕੱਲੀ ਕਰੰਸੀ ਜਿਹੜਾ 100 ਰੁਪਏ ਦੇ ਆਸ ਪਾਸ ਤੁਰੀ ਫਿਰਦੀ ਹੈ ਸੋ ਅਲਟੀਮੇਟਲੀ ਜਾਂਦੇ ਤਾਂ ਤੁਸੀਂ ਇਸ ਕਨਵਰਜਨ ਲਈ ਹੋ ਨਾ ਕਿ ਯਾਰ ਮੈਂ ਉੱਥੇ 10 ਪਾਊਂਡ ਕਮਾਏ ਅਤੇ ਮੇਰਾ ਆਪਣੇ ਆਪ 1000 ਰੁਪਇਆ ਬਣ ਗਿਆ ਅਤੇ ਮੈਂ ਆਪਣੇ ਘਰ ਭੇਜਣ ਚੁੱਕਾ ਹੋ ਜਾ ਸੋ ਉਹ ਗ੍ਰੀਸ ਅਤੇ ਇਟਲੀ ਅਤੇ ਆਹ ਜੋਰਜੀਆ ਅਤੇ ਸਾਈਪ੍ਰਸ ਨਾਲੋਂ ਤਾਂ 1000 ਗੁਣਾ ਚੰਗੀ ਆਪਸ਼ਨ ਹੈਗੀ ਹੈ ਔਰ ਇੱਕ ਫਸਟ ਟਾਇਰ ਕੰਟਰੀ 'ਚ ਉਸ ਬੱਚੇ ਨੂੰ ਜਾਣ ਦਾ ਮੌਕਾ ਮਿਲ ਰਿਹਾ ਜਿਹੜਾ 6 ਈਚ ਨਹੀਂ ਲੈ ਸਕਦਾ 5.5 ਬੈਂਡ ਨਹੀਂ ਲੈ ਸਕਦਾ ਜਾਂ ਜਿਹੜੀ ਪੜ੍ਹਾਈ ਨੂੰ ਆਲਰੇਡੀ 2-3 ਸਾਲ ਹੋ ਗਏ ਲਾਸਟ ਐਜੂਕੇਸ਼ਨ ਜੀ ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸੋ ਓਮ ਗਲੋਬਲ ਅੱਜ UK ਨੂੰ ਲੈ ਕੇ ਚਰਚਾ ਕਰ ਰਹੇ ਨੇ ਪੁਨੀਤ ਖੰਨਾ ਜੀ ਓਮ ਗਲੋਬਲ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਇਹ ਸਤਰਕ ਰਹਿੰਦਾ ਹੈ ਮੋਹਰੀ ਰਿਹਾ ਕਿ ਪੰਜਾਬ ਦੇ ਬੱਚੇ ਦਾ ਪੈਸਾ ਨਾ ਖਰਾਬ ਹੋਣ ਦਿੱਤਾ ਜਾਵੇ ਅੱਜ ਇਸ ਖੁੱਲ੍ਹੇ ਮੰਚ 'ਤੇ ਇਸ ਐਲਾਨ ਕੀਤਾ ਗਿਆ ਕਿ 2017-18-19-20 ਦੇ ਵਿੱਚ ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ 50% ਨੰਬਰਾਂ ਦੇ ਨਾਲ ਅੰਗਰੇਜ਼ੀ 'ਚੋਂ ਕੋਈ 70% ਨੰਬਰ ਨਹੀਂ ਚਾਹੀਦੇ ਕੋਈ 65% ਨਹੀਂ ਚਾਹੀਦੇ ਅਗਰ ਅੰਗਰੇਜ਼ੀ 'ਚੋਂ 40% ਨੰਬਰ ਵੀ ਹੈਗੇ ਆ ਆਇਲਸ ਨਹੀਂ ਵੀ ਕੀਤੀ ਜਾਂ ਓਵਰਆਲ 5.5 ਬੈਂਡ ਆ 1 ਚੋਂ 5 ਬੈਂਡ ਆ ਜਾਂ ਆਇਲਸ ਐਕਸਪਾਇਰ ਹੋ ਚੁੱਕੀ ਆ ਤੁਸੀਂ ਆਲਰੇਡੀ ਰਿਫਿਊਜ਼ ਹੋ ਕੈਨੇਡਾ ਤੋਂ ਰਿਫਿਊਜ਼ ਹੋ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਤੁਸੀਂ UK ਜਾ ਸਕਦੇ ਹੋ ਯੂਨੀਵਰਸਿਟੀ ਦੀ ਫੀਸ ਕੋਈ 7-8 ਲੱਖ 10 ਲੱਖ ਨਹੀਂ ਦੇਣੀ ਪੈਸੇ ਉਦੋਂ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਸੋ ਪਹਿਲਾਂ ਸੱਟ ਖਾ ਚੁੱਕੇ ਹੋ ਅੱਜ ਪੰਜਾਬ ਦਾ ਉਹ ਬੱਚਾ ਜਿਹੜਾ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਕਿਸੇ ਮੁਲਕ ਤੋਂ ਰਿਫਿਊਜ਼ ਆ ਅਤੇ ਉਹਨੂੰ ਪਤਾ ਕਿ ਉਹਨੂੰ ਆਲਰੇਡੀ 7-1.5 ਲੱਖ ਦੀ ਪਈ ਹੋਊਗੀ ਏਜੰਟ ਨੇ 1.5 ਲੱਖ ਰੁਪਇਆ ਖਰਾਬ ਕਰਵਾਇਆ ਹੋਊਗਾ ਚਲੋ ਮੁਕੱਦਰਾਂ ਨਾਲ ਖਰਾਬ ਹੋ ਗਿਆ ਪਰ ਇੱਥੇ ਜੇ ਵੀਜ਼ਾ ਨਹੀਂ ਲੱਗਦਾ ਤਾਂ ਫੀਸ ਤੁਸੀਂ ਕੋਈ ਦੇਣੀ ਨਹੀਂ ਵੀਜ਼ਾ ਲੱਗੂਗਾ ਤਾਂ ਤੁਸੀਂ ਯੂਨੀਵਰਸਿਟੀ ਦੀ ਫੀਸ ਦੇਣੀ ਹੈ ਪੈਸੇ ਤੁਸੀਂ ਬਾਅਦ 'ਚ ਦੇ ਸਕਦੇ ਹੋ ਸਭ ਤੋਂ ਵਧੀਆ ਗੱਲ ਹੈ ਕਿ 2017 ਪਾਸ ਬੱਚਾ ਵੀ ਜਾ ਸਕਦਾ ਹੈ ਜੇਕਰ 2016 ਪਾਸ ਕੋਈ ਬੱਚਾ 12ਵੀਂ ਹੈਗਾ ਹੈ ਪਰ ਉਹਦੇ ਸਕਿੱਲਸ ਚੰਗੇ ਆ ਉਹਨੇ ਆਇਲਸ ਕੀਤੀ ਹੋਈ ਆ ਤਾਂ 2016 ਪਾਸ ਬੱਚਾ ਵੀ UK ਜਾ ਸਕਦਾ ਪਰ 2016 ਪਾਸ ਵਾਲੀ ਆਪਸ਼ਨ ਹਰ ਇੱਕ ਬੱਚੇ ਲਈ ਨਹੀਂ ਰਹੇਗੀ ਜੇਕਰ ਤੁਹਾਡੇ 6 ਬੈਂਡ ਹੈਗੇ ਆ ਤਾਂ 2016 ਪਾਸ ਬੱਚਾ ਵੀ UK ਜਾ ਸਕਦਾ ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਓਮ ਗਲੋਬਲ ਦੇ ਚੰਡੀਗੜ੍ਹ ਦਫ਼ਤਰ ਜਲੰਧਰ ਦਫ਼ਤਰ ਅੰਮ੍ਰਿਤਸਰ ਦਫ਼ਤਰ ਅਤੇ ਬਠਿੰਡਾ ਦਫ਼ਤਰ ਸੰਪਰਕ ਕਰ ਸਕਦੇ ਹੋ ਅਪੁਆਇੰਟਮੈਂਟ ਲੈਣ ਲਈ 9-1-61-9-1-60 ਨੰਬਰ 'ਤੇ ਕਾਲ ਕਰ ਸਕਦੇ ਹੋ 12 ਫਰਵਰੀ ਤੋਂ ਪਹਿਲਾਂ ਜੇਕਰ ਕੇਸ ਅਪਲਾਈ ਕਰਦੇ ਹੋ ਤਾਂ ਤੁਸੀਂ ਇਸ ਸੁਵਿਧਾਵਾਂ ਦਾ ਜਿਹੜਾ ਉਹ ਫਾਇਦਾ ਲੈ ਸਕਦੇ ਹੋ ਸੋ ਖਰਾ ਸਾਹਿਬ ਸਪਾਊਸ ਕੇਸਿਸ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਹਸਬੈਂਡ ਵਾਈਫ ਅਪਲਾਈ ਕਰਨਾ ਚਾਹੁੰਦੇ ਨੇ 45% ਨੰਬਰਾਂ ਨਾਲ ਤੁਸੀਂ ਕਿਹਾ ਜਿਹੜਾ ਮੇਨ ਐਪਲੀਕੈਂਟ ਜਾ ਸਕਦਾ ਹੈ ਸੋ 45% ਵਾਲਾ ਨੰਬਰ ਸਮਝ ਨਹੀਂ ਆਇਆ ਕਿ ਓਵਰਆਲ 45% ਹੈ ਇਹਦੇ ਵਿੱਚ ਅੰਗਰੇਜ਼ੀ ਦੇ ਨੰਬਰ ਵੀ ਕਾਊਂਟ ਹੋਣਗੇ ਅੰਗਰੇਜ਼ੀ ਕਿੰਨੇ ਚਾਹੀਦੇ ਜਾਂ ਅੰਗਰੇਜ਼ੀ ਕਿੰਨੇ ਵੀ ਨੰਬਰ ਹੋਣ ਨਹੀਂ ਜੀ ਨਹੀਂ ਦੇਖੋ ਜਿਹੜਾ ਗ੍ਰੈਜੂਏਸ਼ਨ ਦੀ ਤੁਸੀਂ ਗੱਲ ਕਰਦੇ ਹੋ ਗ੍ਰੈਜੂਏਸ਼ਨ ਦੇ ਵਿੱਚ ਜੇ ਕਿਸੇ ਵੀ ਸਟੂਡੈਂਟ ਦੇ ਗ੍ਰੈਜੂਏਸ਼ਨ ਦੇ ਵਿੱਚ 45% ਨੰਬਰ ਨੇ ਜਾਂ 50% ਨੰਬਰ ਨੇ 50% ਨੰਬਰਾਂ ਦੇ ਨਾਲ ਜਾਂ 45% ਨੰਬਰਾਂ ਦੇ ਨਾਲ ਅਪਲਾਈ ਕਰ ਸਕਦੇ ਹੋ ਇੰਗਲਿਸ਼ ਦੇ ਨੰਬਰ ਜਿਹੜੇ ਤੁਹਾਡੇ ਹੈਗੇ ਉਹ ਮੈਟਰ ਨਹੀਂ ਕਰਦੇ ਜਿਵੇਂ ਆਪਾਂ +2 ਲਈ ਗੱਲ ਕੀਤੀ ਕਿ ਓਵਰਆਲ ਤੁਹਾਡੀ 50% ਨੰਬਰ ਹੈਗੇ ਆ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਕੋਈ ਕਿੰਨੇ ਮਰਜ਼ੀ ਨੰਬਰ ਹੋਣ ਸੇਮ ਵਿਦ ਗ੍ਰੈਜੂਏਸ਼ਨ ਆਲਸੋ ਕਿ ਤੁਹਾਡੇ ਓਵਰਆਲ 45% ਨੰਬਰ ਹੈਗੇ ਆ ਤੁਹਾਨੂੰ ਇੰਗਲਿਸ਼ ਦੇ ਵਿੱਚ 33-35-50-55 ਜਿੰਨੇ ਵੀ ਨੰਬਰ ਨੇ ਤੁਸੀਂ ਪਾਸ ਹੋ ਤੁਸੀਂ ਦੇਖੋ ਇੰਗਲਿਸ਼ ਦੇ ਨੰਬਰ ਤਾਂ +2 ਦੇ ਕਾਊਂਟ ਹੋਣੇ ਸੋ ਉਹ ਜਿਹੜੀ ਪਰਸੈਂਟੇਜ ਤੁਹਾਡੀ ਹੈਗੀ ਆ ਉਹ ਜਿੰਨੀ ਵੀ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਨਾਲ ਬੱਚੇ ਵੀ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਇਨਫੈਕਟ ਹੁਣੇ ਥੋੜ੍ਹੀ ਦੇਰ ਪਹਿਲਾਂ ਸ਼ੋਅ ਸਟਾਰਟ ਕਰਨ ਲੱਗੇ ਉਸ ਤੋਂ ਪਹਿਲਾਂ ਮੈਨੂੰ ਆਫਿਸ ਤੋਂ ਫੋਨ ਆਇਆ ਕਿ ਜੀ 3 ਵੀਜ਼ੇ ਆਏ
ਤੇ ਮੈਂ ਕਿਹਾ ਅੱਛਾ ਤਿੰਨ ਵੀਜ਼ੇ ਆਏ ਕਿਹੜੀ ਕੰਟਰੀ ਦੇ ਆਏ ਯੂਕੇ ਦੇ ਆਏ ਅੱਛਾ ਬਹੁਤ ਵਧੀਆ ਗੱਲ ਦੇ ਹਸਬੈਂਡ ਵਾਈਫ ਤੇ ਬੱਚਾ ਮੈਂ ਕਿਹਾ ਫਿਰ ਉਹ ਤਾਂ ਇੱਕੋ ਹੀ ਵੀਜ਼ਾ ਹੋਇਆ ਨਾ ਕਦੀ ਲੱਗੇ ਤਾਂ ਤਿੰਨ ਪਾਸਪੋਰਟਾਂ ਤੇ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਹੋ ਫੈਮਿਲੀ ਨਾਲ ਟਰੈਵਲ ਕਰਨਾ ਚਾਹੁੰਦੇ ਹੋ ਹਸਬੈਂਡ ਵਾਈਫ ਦੋਵੇਂ ਜਣੇ ਜਾਣਾ ਚਾਹੁੰਦੇ ਹੋ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹਨਾਂ ਦਾ ਵੀ ਜਿਹੜਾ ਆਇਲਸ ਹੈਗਾ ਨਹੀਂ ਚਾਹੀਦੀ ਉਹਨਾਂ ਨੂੰ ਵੀ ਜਿਹੜੀ ਇੰਟਰਵਿਊ ਹੈਗੀ ਹੈ ਨਹੀਂ ਚਾਹੀਦੀ ਉਹ ਵੀ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਆ 12 ਫਰਵਰੀ ਤੋਂ ਪਹਿਲਾਂ ਜੇ ਆਪਾਂ ਅਪਲਾਈ ਕਰ ਲਈਏ ਸੋ ਅੱਜ ਟਾਈਮ ਕੁਛ ਨਹੀਂ ਰਹਿ ਗਿਆ ਸੋ ਆਪਣੇ ਕੋਲ ਇੱਕ ਹਫ਼ਤੇ ਦਾ ਟਾਈਮ ਹੈ ਜੇ ਤੁਸੀਂ ਉਨੀ ਟਾਈਮ ਡਿਊਰੇਸ਼ਨ ਦੇ ਵਿੱਚ ਇਹਨੂੰ ਫਾਸਟ ਅਪ ਕਰਕੇ ਆਪਣੇ ਡਾਕੂਮੈਂਟ ਲੈ ਕੇ ਅਪਲਾਈ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਨੈਕਸਟ ਇਨਟੇਕ 'ਤੇ ਕਹਾਣੀ ਚੱਲ ਜਾਣੀ ਔਰ ਅਗਲੇ ਇਨਟੇਕ ਦੇ ਵਿੱਚ ਕਿਹੜੇ ਰੂਲ ਰਹਿੰਦੇ ਆ ਕਿਹੜੇ ਰੂਲ ਚੇਂਜ ਹੋ ਜਾਂਦੇ ਆ ਇਹ ਤੁਹਾਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਕਿਸੇ ਦੇ ਕੰਟਰੋਲ ਦੇ ਵਿੱਚ ਜੀ ਸੋ ਖਾਨਾ ਦਾ ਇੱਕ ਛੋਟਾ ਸਵਾਲ ਆਖਰੀ ਪੁੱਛੂਗਾ ਬਹੁਤ ਸਾਰੇ ਪੰਜਾਬ ਦੇ ਸਟੂਡੈਂਟਸ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਵੱਖ ਵੱਖ ਕੰਸਲਟੈਂਟਸ ਕੋਲੋਂ ਜਾ ਕੇ ਅਪਲਾਈ ਕਰ ਲਿਆ ਹੋਣਾ ਮਹੀਨਾ ਡੇਢ ਮਹੀਨਾ ਹੋ ਗਿਆ 2 ਮਹੀਨੇ ਕੋਈ ਆਫਰ ਲੈਟਰ ਨਹੀਂ ਆ ਰਹੀ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਆਫਰ ਲੈਟਰ ਜੇ ਆ ਵੀ ਗਈ ਤੇ ਜਦੋਂ ਕੈਸ਼ ਲਈ ਜਾਂ ਪ੍ਰੀ ਕੈਸ਼ ਇੰਟਰਵਿਊ ਲਈ ਬੱਚੇ ਨੇ ਇੰਟਰਵਿਊ ਦਿੱਤੀ ਤੇ ਬੱਚੇ ਦੀ ਇੰਟਰਵਿਊ ਰਿਜੈਕਟ ਹੋ ਗਈ ਬੱਚੇ ਨੂੰ ਕਲੀਅਰ ਨਹੀਂ ਹੋ ਪਾਈ ਔਰ ਬੱਚਾ ਹੁਣ ਡਰ ਕੇ ਮਾਯੂਸ ਹੋ ਗਿਆ ਘਰੇ ਇਹ ਬਹਿ ਗਿਆ ਕਿ ਸ਼ਾਇਦ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਯੂਕੇ ਤੋਂ ਸੋ ਜਿਹਦੀ ਆਫਰ ਲੈਟਰ ਨਹੀਂ ਆਈ ਜਾਂ ਜਿਹਦੀ ਕੈਸ਼ ਨਹੀਂ ਆਈ ਉਹਦਾ ਕੈਸ਼ ਵਿਦਡਰਾਅ ਹੋ ਗਿਆ ਜਾਂ ਫੀਸ ਵਾਪਸ ਆ ਗਈ ਕਿ ਉਹ ਵੀ ਮੁੜ ਕੇ ਅਪਲਾਈ ਕਰ ਸਕਦੇ ਬਿਲਕੁਲ ਕਰ ਸਕਦੇ ਹੋ ਜੀ ਤੁਹਾਡੀ ਆਫਰ ਨਹੀਂ ਆਈ ਤੁਹਾਡੀ ਕੈਸ਼ ਲੈਟਰ ਨਹੀਂ ਆਈ ਤੁਹਾਡਾ GTE ਨਹੀਂ ਕਲੀਅਰ ਹੋਈ ਕਿ ਇੰਟਰਵਿਊ ਦਿੱਤੀ ਸੀ ਇੰਟਰਵਿਊ ਨਹੀਂ ਕਲੀਅਰ ਹੋਈ ਆਫਰ ਲੈਟਰ ਉਡੀਕੀ ਜਾ ਰਹੇ ਹੋ ਕਿ ਪਿਛਲੇ 2 ਮਹੀਨਿਆਂ ਤੋਂ ਜੀ ਅੱਜ ਆ ਰਹੀ ਆਫਰ ਲੈਟਰ ਕੱਲ੍ਹ ਆ ਰਹੀ ਏਜੰਟ ਇੱਕ ਯੂਨੀਵਰਸਿਟੀ ਪਾਉਂਦਾ ਫਿਰ ਦੂਜੀ ਪਾਉਂਦਾ ਦੋ ਤਿੰਨ ਤਰੀ ਇੰਟਰਵਿਊ ਦੇ ਚੁੱਕੇ ਇੰਟਰਵਿਊ ਦੇ ਕੇ ਵਾਰ ਵਾਰ ਫੇਲ ਹੋ ਕੇ ਉਹ ਮਾਯੂਸ ਹੋ ਜਾਂਦਾ ਕਿ ਨਹੀਂ ਭਾਈ ਮੇਰਾ ਹੋਣਾ ਹੀ ਨਹੀਂ ਮੇਰੇ ਤੋਂ ਨਾ ਇੰਟਰਵਿਊ ਪਾਸ ਹੋਣੀ ਅਤੇ ਨਾ ਮੇਰਾ ਵੀਜ਼ਾ ਲੱਗਣਾ ਜੇ ਸੋ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਸੁਨਹਿਰੀ ਮੌਕਾ ਹੈ ਅਤੇ ਇਹਨੂੰ ਦੁਬਾਰਾ ਨਾ ਗਵਾ ਦਿਓ ਮੈਂ ਨਹੀਂ ਕਹਿੰਦਾ ਕਿ ਕਿਸੇ ਕੋਲੋਂ ਕੋਈ ਕਾਗਜ਼ ਚੱਕੋ ਕੋਈ ਤੁਹਾਡਾ ਕੋਈ ਏਜੰਟ ਮਾੜਾ ਚੰਗਾ ਪਰ ਮੈਂ ਤੁਹਾਨੂੰ ਆਪਣੀ ਆਪਸ਼ਨ ਦੱਸਤੀ ਇੰਟਰਵਿਊ ਵੇਵ ਆਫ ਹੈ 50% ਨੰਬਰ ਤੁਹਾਡੇ 12ਵੀਂ 'ਚ ਹੈ 45% ਨੰਬਰ ਤੁਹਾਡੇ ਗ੍ਰੈਜੂਏਸ਼ਨ ਹੈ ਕਿਸੇ ਯੂਨੀਵਰਸਿਟੀ ਨੂੰ ਇੰਟਰਵਿਊ ਦੇਣ ਦੀ ਲੋੜ ਨਹੀਂ ਕਿਸੇ ਯੂਨੀਵਰਸਿਟੀ ਦੀ ਸਕਾਈਪ 'ਤੇ ਆਉਣ ਦੀ ਲੋੜ ਨਹੀਂ ਆਪਣੀ ਆਫਰ ਲੈਟਰ 48 ਘੰਟਿਆਂ ਦੇ ਅੰਦਰ ਅੰਦਰ 48 ਵਰਕਿੰਗ ਆਰ ਦੇ ਅੰਦਰ ਅੰਦਰ ਆਪਣੀ ਆਫਰ ਲੈਟਰ ਲੈ ਲਓ ਔਰ ਅਗਲਾ ਪ੍ਰੋਸੈਸ ਕਰ ਲਓ ਜੀ ਔਰ ਇੱਕ ਚੀਜ਼ ਹੋਰ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਮਾੜੇ ਪ੍ਰੋਫਾਈਲ ਵਾਲੇ ਬੱਚਿਆਂ ਨੂੰ ਅਸੀਂ ਉੱਥੇ ਪਾ ਦਈਏ ਜਿਹੜੇ ਰਿਮੋਟ ਏਰੀਆਜ਼ ਆ ਛੋਟੇ ਏਰੀਆਜ਼ ਆ ਦੂਰ ਦਰਾਜ ਏਰੀਆ ਉੱਥੇ ਪਾ ਦਈਏ ਸੋ ਇਹ ਤੁਸੀਂ ਕਹਿ ਰਹੇ ਹੋ ਕਿ ਇੰਟਰਵਿਊ ਦੇਣੀ ਨਹੀਂ ਪਊਗੀ ਕੈਸ਼ ਲਈ ਕੋਈ ਇੰਟਰਵਿਊ ਦੇਣ ਦੀ ਲੋੜ ਨਹੀਂ ਆਇਲਸ ਨਹੀਂ ਚਾਹੀਦੀ ਪੀਟੀ ਨਹੀਂ ਚਾਹੀਦੀ ਕਿਤੇ ਤਾਂ ਨਹੀਂ ਬੱਚਾ ਹੋਊਗਾ ਤਾਂ ਉਹਨੂੰ ਕੋਈ ਸਕਾਟਲੈਂਡ ਵਾਲੀ ਸਾਈਡ 'ਤੇ ਭੇਜ ਦੋਗੇ ਦੂਰ ਕਿਤੇ ਭੇਜ ਦੋਗੇ ਨਹੀਂ ਨਹੀਂ ਜੀ ਸਕਾਟਲੈਂਡ ਸਕੂਟਲੈਂਡ ਤਾਂ ਬਹੁਤ ਚੰਗੀਆਂ ਥਾਵਾਂ ਯੂਕੇ ਦੀ ਜਿਹੜੀ ਸਭ ਤੋਂ ਮਾੜੀ ਥਾਂ ਜਿਹਨੂੰ ਲੰਡਨ ਕਹਿੰਦੇ ਆ ਉੱਥੇ ਭੇਜੇ ਜਾਓਗੇ ਤੁਸੀਂ ਸੋ ਲੰਡਨ ਤੋਂ ਵੱਧ ਤੁਹਾਨੂੰ ਹੋਰ ਕਿਸੇ ਮੈਨੂੰ ਲੱਗਦਾ ਨਹੀਂ ਕਿ ਇੰਗਲੈਂਡ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਲੰਡਨ ਤੋਂ ਵੱਧ ਕਿਸੇ ਨੂੰ ਪਤਾ ਹੋਊਗਾ ਸੋ ਲੰਡਨ ਜਾਓਗੇ ਤੁਸੀਂ ਸੋ ਦੂਰ ਦਰਾਜ ਦੇ ਏਰੀਆ ਜਾਂ ਸਕਾਟਲੈਂਡ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਪਾਸੇ ਦੀ ਗੱਲ ਕਰ ਲਈਏ ਉਹ ਸਾਰਾ ਕੁਝ ਛੱਡ ਦਿਓ ਆਸਟ੍ਰੇਲੀਆ ਕੈਨੇਡਾ ਕੋਲ ਤਾਂ ਜਗ੍ਹਾ ਹੀ ਬੜੀ ਹੈ ਨਾ ਕਿ ਬੜੀ ਦੂਰ ਦੂਰ ਤੱਕ ਫੈਲੇ ਹੋਏ ਨੇ ਇਹਨਾਂ ਕੋਲ ਤਾਂ ਜਗ੍ਹਾ ਵੀ ਥੋੜ੍ਹੀ ਹੈ ਔਰ ਉਸ ਥੋੜ੍ਹੀ ਜਗ੍ਹਾ 'ਚ ਵੀ ਸੈਂਟਰ ਪੁਆਇੰਟ ਜਿਹੜਾ ਹੈਗਾ ਵਾ ਯੂਕੇ ਦਾ ਜਿੱਥੋਂ ਜਾਣਿਆ ਜਾਂਦਾ ਦੈਟ ਇਜ਼ ਲੰਡਨ ਸੋ ਲੰਡਨ ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜ੍ਹਾਈ ਕਰੋ ਜੀ ਸੋ ਓਮ ਗਲੋਬਲ ਰਾਹੀਂ ਤੁਸੀਂ ਕੇਸ ਅਪਲਾਈ ਕਰ ਸਕਦੇ ਹੋ ਆਪਣਾ ਯੂਕੇ ਜਾਣ ਦਾ ਤੁਸੀਂ 12ਵੀਂ ਪਾਸ ਹੋ ਤੁਸੀਂ ਗ੍ਰੈਜੂਏਟ ਹੋ ਤੁਹਾਡੇ ਓਵਰਆਲ 12ਵੀਂ 'ਚੋਂ 50% ਨੰਬਰ ਆ ਗ੍ਰੈਜੂਏਸ਼ਨ ਤੁਹਾਡੇ 45% ਨੰਬਰ ਆ ਜੇ ਤੁਸੀਂ ਗ੍ਰੈਜੂਏਸ਼ਨ ਬੇਸ 'ਤੇ ਅਪਲਾਈ ਕਰਦੇ ਹੋ ਤਾਂ ਤੁਹਾਡੇ ਗ੍ਰੈਜੂਏਸ਼ਨ ਦੇ 45% ਨੰਬਰ ਵੇਖੇ ਜਾਣਗੇ ਜੇ +2 ਦੇ ਬੇਸ 'ਤੇ ਅਪਲਾਈ ਕਰਦੇ ਹੋ ਤਾਂ +2 ਦੇ ਨੰਬਰ ਵੇਖੇ ਜਾਣਗੇ ਜ਼ਿਆਦਾ ਜਾਣਕਾਰੀ ਲਈ 92161 92167 ਨੰਬਰ 'ਤੇ ਕਾਲ ਕਰ ਦਿਓ ਫਿਲਹਾਲ ਜਾ ਚਾਹੁੰਦੇ ਪੁਨੀਤ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ